ਅੱਜ ਤੁਹਾਨੂੰ ਇੱਕ ਐਵੇਂ ਦੇ ਨੌਜਵਾਨ ਨਾਲ ਮਿਲਾਵਾਂਗੇ ਜਿਨ੍ਹੇ ਆਪਣੀ ਵਿਰਾਸਤ ਸੰਭਾਲ ਕੇ ਰੱਖੀ ਹੋਈ ਹੈ। ਸੰਗੀਤ ਦੀ ਜੇ ਗੱਲ ਕਰੀਏ ਤਾਂ ਭੰਡਾਰ ਉਸਦੇ ਕੋਲ ਹੈਗਾ, ਉਸਨੇ ਸੰਭਾਲ ਕੇ ਰੱਖਿਆ ਹੋਇਆ, ਪੁਰਾਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ। ਫਿਰੋਜ਼ਪੁਰ ਦਾ ਪਿੰਡ ਲਾਲਚੀਆਂ ਲਾਲਚੀਆਂ ਪਿੰਡ ਦੇ ਵਿੱਚ ਨੌਜਵਾਨ ਕਰਨਵੀਰ ਸਿੰਘ ਸੋਢੀ, ਅੱਜ ਉਸਦੇ ਨਾਲ ਮਿਲਾਵਾਂਗੇ। ਉਸਨੇ ਜਿਹੜਾ ਸੰਗੀਤ ਸੰਭਾਲ ਕੇ ਰੱਖਿਆ ਹੋਇਆ ਔਰ ਜਿਹੜਾ ਪਹਿਲੇ ਸਮੇਂ ਦੇ ਵਿੱਚ ਚੱਲਦੇ ਹੈਗੇ ਸੀ ਤਵੇ ਜਿਹੜੇ ਚੱਲਦੇ ਹੈਗੇ ਸੀਗੇ ਜਾਂ ਕੈਸਟਾਂ ਦਾ ਜਦੋਂ ਦੌਰ ਆਇਆ ਹੈਗਾ ਤਾਂ ਉਹ ਸਾਰੀਆਂ ਜਿਹੜੀਆਂ ਸੰਭਾਲ ਕੇ ਰੱਖੀਆਂ ਹੈਗੀਆਂ ਨੇ। ਤੁਸੀਂ ਦੇਖ ਸਕਦੇ ਹੈਗੇ ਹੋ ਕਿ ਪੂਰੀ ਜਿਹੜੀ ਲਾਇਬ੍ਰੇਰੀ ਹੈ ਉਹ ਪੂਰੀ ਸੰਭਾਲ ਕੇ ਰੱਖੀ ਹੋਈ ਹੈ। ਚਾਹੇ ਕਿੱਧਰਲੇ ਪਾਸੇ ਵੀ ਜਿਹੜਾ ਨਜ਼ਰ ਮਾਰ ਲਈਏ ਤਾਂ ਤੁਹਾਨੂੰ ਕੈਸਟਾਂ ਹੀ ਕੈਸਟਾਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ। ਤਾਂ ਔਰ ਇਸ ਪਾਸੇ ਹੁਣ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਉਹ ਤਸਵੀਰ ਦਿਖਾਉਣਗੇ ਕਿ ਉਸ ਸਮੇਂ ਦਾ ਜਦੋਂ ਤਵਾ ਚੱਲਦਾ ਹੈਗਾ ਸੀਗਾ, ਅੱਜ ਵੀ ਹਾਲਾਂਕਿ ਕਈ ਘਰਾਂ ਦੇ ਵਿੱਚ ਚਲਾਉਂਦੇ ਹੈਗੇ ਨੇ, ਪਰ ਉਸ ਸਮੇਂ ਦੀ ਗੱਲ ਕਰੀਏ ਤਾਂ ਇਹ ਚੀਜ਼ ਜਦੋਂ ਚੱਲਦੀ ਹੈਗੀ ਸੀਗੀ ਤਾਂ ਕਿਸੇ ਕਿਸੇ ਦੇ ਘਰ ਦੇ ਵਿੱਚ ਹੁੰਦੀ ਸੀਗੀ। ਤਾਂ ਵੱਖਰੇ ਵੱਖਰੇ ਪਲੇਅਰ ਜਿਹੜੇ ਨੇ ਉਸ ਟਾਈਮ ਦੇ ਹੈਗੇ ਸੀਗੇ ਜਿਨ੍ਹਾਂ ਦੇ ਵਿੱਚ ਕੈਸਟਾਂ ਪੈਣੀਆਂ ਸ਼ੁਰੂ ਹੋਈਆਂ ਔਰ ਸਮੇਂ ਦੇ ਨਾਲ ਜਿਹੜੀ ਤਬਦੀਲੀ ਆਉਂਦੀ ਗਈ ਉਵੇਂ ਉਵੇਂ ਜਿਹੜਾ ਇਹਨਾਂ ਨੇ ਆਪਣੇ ਕੋਲ ਰੱਖਿਆ। ਤਾਂ ਅੱਜ ਵਿਰਾਸਤ ਜਿਹੜੀ ਹੈ ਉਹ ਸੰਭਾਲ ਕੇ ਰੱਖੀ ਹੋਈ ਹੈ ਕਿ ਕੱਲ੍ਹ ਨੂੰ ਬੱਚਿਆਂ ਨੂੰ ਦੱਸਿਆ ਜਾਵੇ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਚੱਲਦੀਆਂ ਹੈਗੀਆਂ ਸੀ। ਸਾਡੇ ਨਾਲ ਕਰਮਵੀਰ ਸਿੰਘ ਸੋਢੀ ਮੌਜੂਦ ਹੈਗੇ ਹੈ, ਜਗਬਾਣੀ ਟੀ ਵੀ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾਂ ਤਾਂ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਜੋ, ਬਹੁਤ ਬਹੁਤ ਧੰਨਵਾਦ ਜੀ। ਤਾਂ ਬਿਲਕੁਲ, ਇਹ ਜੇ ਆਪਾਂ ਗੱਲ ਕਰੀਏ ਤਾਂ ਸੰਗੀਤ ਕਿੰਨੀਆਂ ਕੈਸਟਾਂ ਤਾਂ ਪਹਿਲੇ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਤਵੇ ਕਿੰਨੇ ਹੈਗੇ ਨੇ ਜੀ? ਕੈਸਟਾਂ ਤਾਂ ਮਤਲਬ ਕੋਈ ਮਤਲਬ ਅਸੀਂ ਜੋੜ ਨਹੀਂ ਕੀਤਾ ਆ, ਕੋਈ ਕਾਊਂਟਿੰਗ ਨਹੀਂ ਕੀਤੀ, ਬਟ ਲਾਸਟ ਟਾਈਮ ਜਦ ਮੇਰੀ ਕਾਊਂਟਿੰਗ ਹੋਈ ਸੀ 55,000 ਸੀ, ਹੁਣ ਤਾਂ ਇਸ ਤੋਂ ਵੀ ਇਨਕਰੀਜ਼ ਹੋ ਰਿਹਾ, ਅਪ ਹੋ ਰਿਹਾ, ਮਤਲਬ 55,000 ਤੋਂ ਪਲੱਸ ਕੈਸਟਾਂ ਤਾਂ ਹੋ ਗਈਆਂ ਮੇਰੇ ਕੋਲ। ਅਤੇ ਜੇਕਰ ਰਿਕੋਰਡਸ ਦੀ ਗੱਲ ਕੀਤੀ ਹੈ ਤਾਂ ਰਿਕੋਰਡਸ ਦੀ ਕੋਈ ਲਿਮਿਟ ਤਾਂ ਹੈ ਨਹੀਂ, ਜਦੋਂ ਵੀ ਮਿਲਦਾ ਜਿੱਥੋਂ ਵੀ ਮਿਲ ਰਿਹਾ ਇਨਕਰੀਜ਼ ਕਰ ਰਹੇ ਹਾਂ। ਆਈ ਥਿੰਕ 10,000 ਤੋਂ ਪਲੱਸ ਰਿਕੋਰਡਸ ਵੀ ਹੋ ਗਏ ਹੋਣਗੇ ਮੇਰੇ ਕੋਲ ਜੀ। ਇਹ ਸ਼ੌਂਕ ਕਿੱਥੋਂ ਪੈਦਾ ਹੋਇਆ ਕਿ ਹਾਂ ਮੈਂ ਇਹ ਚੀਜ਼ਾਂ ਇਕੱਠੀਆਂ ਕਰਨੀਆਂ ਹੈਗੀਆਂ, ਸੰਭਾਲ ਕੇ ਰੱਖਣੀਆਂ, ਸੰਗੀਤ ਦਾ ਭੰਡਾਰ ਤੁਸੀਂ ਸੰਭਾਲਿਆ ਹੋਇਆ? ਸ਼ੌਂਕ ਤਾਂ ਜਿਵੇਂ ਕਹਿੰਦੇ ਨਾ ਕੋਈ ਟਾਈਮ ਤਾਂ ਹੈ ਨਹੀਂ ਕਦੋਂ ਸ਼ੌਂਕ ਪੈਦਾ ਹੋਇਆ ਕਦੋਂ ਨਹੀਂ ਹੋਇਆ, ਬਟ ਛੋਟੇ ਹੁੰਦੇ ਹੀ ਮੈਨੂੰ ਇਸ ਚੀਜ਼ ਦਾ ਸ਼ੌਂਕ ਸੀ। ਮੈਂ ਕੋਈ ਵੀ ਪੁਰਾਣੀਆਂ ਮਤਲਬ ਚੀਜ਼ਾਂ ਮਿਲਣੀਆਂ ਮੈਂ ਰੱਖ ਲੈਣੀਆਂ ਕਰਨੀਆਂ ਜੋੜ ਕੇ ਆਪਦੀਆਂ, ਅਤੇ ਮਤਲਬ ਇਹ ਕੋਈ ਉਹਦਾ ਟਾਈਮ ਪੀਰੀਅਡ ਨਹੀਂ ਹੈਗਾ ਮੈਨੂੰ, ਛੋਟੇ ਹੁੰਦੇ ਦੇ ਮੈਨੂੰ ਇਹ ਚੀਜ਼ ਦਾ ਸ਼ੌਂਕ ਹੈ ਜੀ। ਹਾਂਜੀ ਹਾਂਜੀ। ਅਤੇ ਇਹ ਫਿਰ ਮਤਲਬ ਕਿਵੇਂ ਤੁਸੀਂ ਇਕੱਠੀਆਂ ਕਿਵੇਂ ਕੀਤੀਆਂ, ਇਹ ਇਸ ਸਮਾਨ ਕਿਵੇਂ ਇਕੱਠਾ ਕੀਤਾ, ਵੱਖਰੇ ਵੱਖਰੇ ਪਲੇਅਰ ਤੁਸੀਂ ਇਕੱਠੇ ਕੀਤੇ ਹੋਏ ਆ ਮਿਊਜ਼ਿਕ ਦੇ, ਜਿੱਦਾਂ ਰਿਕੋਰਡਸ ਪਲੇਅਰ ਹੈਗੇ ਨੇ ਜਾਂ ਕੈਸਟ ਦੇ ਪਲੇਅਰ ਹੈਗੇ ਨੇ, ਇਹ ਇਕੱਠੇ ਕਿਵੇਂ ਕੀਤੇ? ਇਹ ਜਦੋਂ ਹੀ ਮਤਲਬ ਪਹਿਲਾਂ ਤਾਂ ਕਾਫੀ ਸਾਰੀਆਂ ਸਾਡੇ ਕੋਲ ਪਹਿਲਾਂ ਹੀ ਕੈਸਟਾਂ ਹੁੰਦੀਆਂ ਸੀ, ਜਿਵੇਂ ਆਪਣੇ ਘਰਾਂ ਦੇ ਵਿੱਚ ਆਮ ਇਸ ਮਤਲਬ ਜਦੋਂ ਚੱਲਦੇ ਹੁੰਦੇ ਸੀ ਆਪਣੇ ਡੈਕ ਵਗੈਰਾ, ਇਹ ਕਾਫੀ ਸਾਰੇ ਤਾਂ ਸਾਡੇ ਕੋਲ ਪਹਿਲਾਂ ਹੀ ਹੈਗੀਆਂ ਸੀ। ਫਿਰ ਜਦੋਂ ਮੇਰਾ ਇੰਟਰਸਟ ਪੈਦਾ ਹੋਇਆ ਇਸ ਵੱਲ ਕਿ ਮਤਲਬ ਵਿਰਾਸਤੀ ਜਦੋਂ ਸਮਾਨ ਸੰਭਾਲਣ ਲੱਗ ਪਿਆ, ਮੈਂ ਕੈਸਟਾਂ ਮੇਰੇ ਮਾਇੰਡ 'ਚ ਆ ਕੇ ਕੈਸਟਾਂ ਵੀ ਹੋਣੀਆਂ ਚਾਹੀਦੀਆਂ ਕਿਉਂਕਿ ਉਹ ਵੀ ਇੱਕ ਵਾਰ ਅਲੋਪ ਹੋ ਚੁੱਕਿਆ, ਵਿਰਾਸਤ ਹੀ ਆ ਆਪਣੀ। ਫਿਰ ਮੈਂ ਕੈਸਟ ਵੱਲ ਵਧਿਆ, ਮੈਂ ਮਤਲਬ ਸ਼ਹਿਰ ਦਾ ਕੋਈ ਕਬਾੜੀਆਂ ਨਹੀਂ ਛੱਡਿਆ, ਕਿਉਂਕਿ ਉਸ ਟਾਈਮ 'ਚ ਮੈਂ ਦੇਖ ਰਿਹਾ ਸੀ ਕਿ ਜਦੋਂ ਦੁਕਾਨਾਂ ਵਿਹਲੀਆਂ ਹੋਈਆਂ ਸੀ ਨਾ, ਕਿਉਂਕਿ ਜਦੋਂ ਇਹਦਾ ਯੁੱਗ ਖਤਮ ਹੋ ਗਿਆ, ਤਾਂ ਉਹ ਦੁਕਾਨਦਾਰ ਉਹਨਾਂ ਨੂੰ ਮਤਲਬ ਕਬਾੜੀਆਂ ਨੂੰ ਵੇਚ ਰਿਹਾ ਸੀ ਕੈਸਟਾਂ, ਤਾਂ ਮੈਂ
ਕੁਆਰੀਆਂ ਤੱਕ ਅਪਰੋਚ ਕੀਤੀ। ਅਸੀਂ ਖੁਦ ਮੇਰੀ ਟੀਮ ਮੇਰੇ ਨਾਲ ਮੇਰੇ ਭਰਾ ਮੁੰਡੇ ਜਿਹੜੇ ਹੁੰਦੇ ਆ, ਅਸੀਂ ਖੁਦ ਉਹਨਾਂ ਦੇ ਕੁਆੜ ਦੇ ਵਿੱਚ ਅਸੀਂ ਵੜ ਕੇ ਖੁਦ ਉੱਥੋਂ ਗੱਟੇ ਕੱਢ ਕੇ ਤੋਲ ਕੇ ਲਿਆ ਕੇ ਘਰੇ ਸਾਫ਼ ਕਰਕੇ ਪਾਣੀ ਨਾਲ ਉਹਨਾਂ ਨੇ ਕਵਰ ਸਾਫ਼ ਕੀਤੇ ਅਤੇ ਅਸੀਂ ਜੋੜੀਆਂ ਅਤੇ ਐਵੇਂ ਇਨਕਰੀਜ਼ ਕੀਤੀਆਂ ਕਿਤੇ, ਮਤਲਬ ਆਪਾਂ ਨੂੰ ਮੈਂ ਪਰਚੇਜ਼ ਵੀ ਕੀਤੀਆਂ ਜਿੱਥੋਂ ਮਿਲਦੀਆਂ ਸੀ, ਜਾਂ ਕੋਈ ਕਹਿੰਦੇ ਬਠਿੰਡੇ ਪਈਆਂ ਉਹਨੇ ਦੁਕਾਨ ਹੀ ਵੇਚਣੀ ਅਤੇ ਉੱਥੇ ਪਹੁੰਚ ਜਾਂਦੀਆਂ ਉਹਨੇ ਦੁਕਾਨ ਖਰੀਦ ਲੈਂਦੇ ਸੀ ਪੂਰੀ ਦੀ ਪੂਰੀ, ਮਤਲਬ ਐਵੇਂ ਕਰਕੇ ਮਤਲਬ ਇਨਕਰੀਜ਼ ਹੋ ਗਈਆਂ ਅਤੇ ਅੱਜ ਕਾਫੀ ਹੋ ਗਿਆ ਮੇਰੇ ਕੋਲ ਕੈਸਟਾਂ ਜੀ। ਤਾਂ ਬਿਲਕੁਲ ਕਰਮਵੀਰ ਸਿੰਘ ਸੋਢੀ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਬਹੁਤ ਕੁਛ ਸੰਭਾਲ ਕੇ ਰੱਖਿਆ ਹੈਗਾ, ਜਿੱਥੇ ਕੈਸਟਾਂ ਇਹਨਾਂ ਨੇ ਰਿਕਾਰਡਸ ਸੰਭਾਲ ਕੇ ਰੱਖੇ ਹੈਗੇ ਨੇ, ਜਿੱਥੇ ਵੀ ਕੋਈ ਚੀਜ਼ ਮਿਲਦੀ ਹੈਗੀ ਆ ਉੱਥੋਂ ਇਹ ਖਰੀਦ। ਅਤੇ ਫਿਰ ਘਰ ਦੇ ਪੂਰੀ ਸਪੋਰਟ ਕਰਦੇ ਹੈਗੇ ਸੀਗੇ, ਘਰ ਦੇ ਕੀ ਕਹਿੰਦੇ ਹੈਗੇ ਸੀਗੇ ਕਿ ਜਦੋਂ ਤੁਸੀਂ ਇੱਥੇ ਬਣਾਇਆ, ਕਮਰਾ ਕਿਵੇਂ ਬਣਾਇਆ ਤੁਸੀਂ? ਪਹਿਲਾਂ ਤਾਂ ਜੀ ਘਰਦਿਆਂ ਤਾਂ ਥੋੜ੍ਹੇ ਜਿਹੇ ਕਹਿੰਦੇ ਸੀ ਕਿ ਮਤਲਬ ਕਿਹੋ ਜਿਹਾ ਸ਼ੌਂਕ ਤੋਂ ਪਾ ਲਿਆ, ਮਤਲਬ ਕਿ ਲੋਕ ਇਹਨਾਂ ਦਾ ਦੂਰ ਨੇ, ਬਟ ਮੈਨੂੰ ਜਿਵੇਂ ਮੇਰੀ ਲਗਨ ਸੀ ਇਸ ਚੀਜ਼ ਵਿੱਚ ਕਿ ਮੈਂ ਇਹ ਚੀਜ਼ਾਂ ਇਕੱਠੀਆਂ ਕਰਨੀਆਂ, ਵਿਰਾਸਤ ਇਕੱਠੀ ਕਰਨੀ ਹੈ, ਫਿਰ ਹੌਲੀ ਹੌਲੀ ਕਰਦਿਆਂ ਨੇ ਲੱਗਿਆ ਚਲੋ ਸ਼ੌਂਕ ਜਿਹੜਾ ਮੁੰਡੇ ਦਾ ਹੈਗਾ ਉਹ। ਫਿਰ ਨਾ ਸਮਾਨ ਇੰਨਾ ਕੁ ਜ਼ਿਆਦਾ ਇਕੱਠਾ ਹੋ ਗਿਆ ਸੀ ਕਿ ਜਗ੍ਹਾ ਨਹੀਂ ਬਣ ਰਹੀ ਸੀ ਰੱਖਣ ਨੂੰ ਘਰ ਦੇ ਵਿੱਚ, ਕਿਉਂਕਿ ਘਰ ਦੇ ਵਿੱਚ ਆਪਣਾ ਵੀ ਸਮਾਨ ਬਹੁਤ ਜ਼ਿਆਦਾ ਹੁੰਦਾ ਅਤੇ ਫਿਰ ਮਤਲਬ ਅੱਛਾ ਹੀ ਨਹੀਂ ਲੱਗਦਾ। ਫਿਰ ਮੇਰੇ ਖੁਦ ਮੇਰੇ ਫਾਦਰ ਸਾਹਿਬ ਨੇ ਆਖਿਆ ਕਿ ਆਪਾਂ ਇੱਕ ਕਮਰਾ ਬਣਾ ਦਿੰਦੇ ਹਾਂ, ਚਲੋ ਲੋਕਾਂ ਨੂੰ ਜਦੋਂ ਦਿਖਾਉਣਾ ਹੁੰਦਾ ਤਾਂ ਫਿਰ ਔਖੇ ਹੁੰਦੇ ਸੀ ਦਿਖਾਉਣਾ। ਫਿਰ ਉਹਨਾਂ ਨੇ ਮੈਨੂੰ ਇਹ ਕਮਰਾ ਇੱਕ ਨਵਾਂ ਬਣਾ ਕੇ ਦਿੱਤਾ ਅਤੇ ਜਿਹਦੇ ਕਰਕੇ ਫਿਰ ਸਾਰਾ ਸਮਾਨ ਇੱਥੇ ਲਏ, ਸਿਟਿੰਗ ਵਧੀਆ ਹੋ ਗਈ, ਚਲੋ ਜਿਹੜਾ ਵੀ ਆਉਂਦਾ ਇੱਕ ਅੱਛਾ ਲੱਗਦਾ ਦੇਖਣ ਵਾਲੇ ਲੋਕਾਂ ਨੂੰ, ਅਤੇ ਜਿਹੜੀ ਚੀਜ਼ ਅਗਲਾ ਯੂਜ਼ ਕਰਨੀ ਕੋਈ ਸੁਣਨੀ ਹੈ ਸੁਣ ਹੀ ਸਕਦਾ ਆਰਾਮ ਨਾਲ ਬੈਠ ਕੇ ਅਗਲਾ। ਅੱਛਾ, ਪਿੰਡ ਦੇ ਆਉਂਦੇ ਆ ਇੱਥੇ ਸੁਣਦੇ ਹੋਣਗੇ ਫਿਰ? ਬਹੁਤ ਜੀ ਇੱਥੇ ਆ ਜਾਂਦੇ ਜੀ ਜਦੋਂ ਕਿਸੇ ਨੂੰ ਛੁੱਟੀ ਹੋਵੇ, ਜਦੋਂ ਮਤਲਬ ਸੰਡੇ ਹੋ ਜਾਏ, ਜਦੋਂ ਵੀ ਮਤਲਬ ਫਰੈਂਡ ਸਰਕਲ ਇਕੱਠਾ ਹੋ ਜਾਏ ਜਾਂ ਕੋਈ ਵੱਡਾ ਮਤਲਬ ਹੋ ਜਾਏ ਆਪਣੇ ਤੋਂ ਵੱਡੇ ਆ ਜਾਣਾ, ਤਾਂ ਉਹ ਆ ਕੇ ਬੈਠ ਜਾਂਦੇ ਜੀ ਸਾਨੂੰ ਇਹਦਾ ਗਾਣਾ ਸੁਣਾਓ, ਸਾਨੂੰ ਆਹ ਲੱਭ ਕੇ ਸੁਣਾਓ ਜੀ, ਸਾਨੂੰ ਇਹਦੇ ਰਿਕਾਰਡ ਵਾਲਾ ਜਾਂ ਕੁਲਦੀਪ ਮਾਣਕ ਦਾ ਸੁਣਾਓ, ਕੋਈ ਕਹਿੰਦਾ ਸਾਨੂੰ ਯਮਲ ਜੱਟ ਦਾ ਸਤਿਗੁਰੂ ਨਾਨਕ ਬਹੁਤ ਚੱਲਦਾ ਹੁੰਦਾ ਸੀ ਅਤੇ ਸਾਨੂੰ ਉਹ ਵਾਲਾ ਸੁਣਾਓ, ਫਿਰ ਕੱਢ ਕੇ ਸੁਣਾਈ ਤਾਂ ਬੜੀ ਖੁਸ਼ੀ ਹੁੰਦੀ ਹੈ, ਸਾਡੇ ਕੋਲ ਆਉਂਦੇ ਆ ਲੋਕ ਚੱਲ ਕੇ ਆਉਂਦੇ ਆ ਅਤੇ ਬੜੀ ਆਸ ਲੈ ਕੇ ਆਉਂਦੇ ਕਿ ਅਸੀਂ ਬਾਈ ਸੁਣ ਕੇ ਆਵਾਂਗੇ ਆਪਦੇ ਪੁਰਾਣੇ ਸਮਿਆਂ ਦੇ ਮਤਲਬ ਯਾਦ ਤਾਜ਼ੀ ਕਰਨੀ ਆ, ਅਤੇ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਲੋਕਾਂ ਦੇ ਕੰਮ ਆ ਰਹੇ ਹਾਂ ਕਿਸੇ। ਹਾਂਜੀ, ਤਾਂ ਲੋਕ ਵੀ ਜਿਹੜਾ ਆਉਂਦੇ ਆ ਕੋਈ ਦੂਰੋਂ ਦੂਰੋਂ ਵੀ ਲੋਕ ਆਉਂਦੇ ਆ ਦੇਖਣ ਦੇ ਲਈ ਇੱਥੇ ਆਉਂਦੇ ਆ, ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ? ਹਾਂਜੀ, ਮਤਲਬ ਆਪਣੇ ਡਿਸਟ੍ਰਿਕਟ ਤੋਂ ਬਾਹਰ ਵੀ ਅਤੇ ਸਟੇਟ ਤੋਂ ਬਾਹਰ ਬਹੁਤ ਆਉਂਦੇ ਜੀ, ਮੇਰੇ ਕੋਲ ਫੋਰਨਰਸ ਵੀ ਆਉਂਦੇ ਆ, ਕੈਨੇਡਾ ਤੋਂ ਐਂਡ ਆਸਟ੍ਰੇਲੀਆ ਤੋਂ ਮੇਰੇ ਕੋਲ ਆਏ ਸੀ, ਉਹਨਾਂ ਦੇ ਬੱਚਿਆਂ ਨੂੰ ਲੈ ਕੇ ਆਏ ਸੀ ਨਾਲ। ਕੀ ਕਹਿੰਦੇ ਕੀ ਆ ਉਹ ਕਿ ਮਤਲਬ ਤੁਸੀਂ ਸਾਰਾ ਕੁਛ ਹੀ ਸੰਭਾਲ ਕੇ ਰੱਖਿਆ, ਜੋ ਕੁਛ ਅਸੀਂ ਦੇਖਿਆ ਹੈਗਾ ਤੁਸੀਂ ਤਾਂ ਸਾਰਾ ਕੁਛ ਹੀ ਸੰਭਾਲ ਕੇ ਰੱਖਿਆ, ਅਤੇ ਉਹ ਫਿਰ ਬੱਚਿਆਂ ਨੂੰ ਕੀ ਦੱਸਦੇ ਹੈਗੇ ਆ? ਬੱਚਿਆਂ ਨੂੰ ਕਈ ਇਹੋ ਜਿਹੇ ਹੈਗੇ ਸੀ ਭਾਅ ਜੀ ਜਿਹੜੇ ਨਾ ਮਤਲਬ ਆਈ ਥਿੰਕ ਉਹ ਬੋਰਨ ਹੀ ਉੱਥੇ ਦੇ ਸੀ, ਕੈਨੇਡਾ ਦੇ ਜਿਵੇਂ ਬੋਰਨ ਹੋ ਗਿਆ ਅਤੇ ਬੱਚਿਆਂ ਲੈ ਗਿਆ, ਉਹਨਾਂ ਤਾਂ ਪਤਾ ਹੀ ਨਹੀਂ ਇੱਥੇ ਪੰਜਾਬ ਬਾਰੇ, ਉਹ ਫਿਰ ਆਪਣੇ ਬਾਰੇ ਦੱਸਦੇ ਸੀ ਕਿ ਜਦੋਂ ਅਸੀਂ ਪੰਜਾਬ ਵਿੱਚ ਰਹਿੰਦੇ ਸੀ ਇਹ ਚੀਜ਼ਾਂ ਉੱਥੇ ਹੈ ਸੀ, ਮਤਲਬ ਚੱਲ ਰਹੀਆਂ ਸੀ ਕਿ ਜਦੋਂ ਜਿਵੇਂ ਕਹਿੰਦੇ ਨਾ ਸਾਡਾ ਜ਼ਮਾਨਾ ਸੀ ਇਹ ਸਾਡੇ ਜ਼ਮਾਨੇ ਚੀਜ਼ਾਂ ਪਈਆਂ, ਅਤੇ ਇੱਕ ਇੱਕ ਬੱਚੇ ਨੂੰ ਸਿਖਾਉਂਦੇ ਸੀ ਇਹ ਕਿਵੇਂ ਚੱਲਦਾ ਹੈ, ਇਹਦੇ ਵਿੱਚ ਆਵਾਜ਼ ਕਿਵੇਂ ਨਿਕਲ ਰਹੀ ਹੈ, ਮਤਲਬ ਅਗਲੇ ਬੱਚੇ ਆਪਦਾ ਸਰ ਦੱਸਦੇ ਸੀ ਸਾਰੇ ਪੇਰੈਂਟਸ। ਜੀ ਪੰਜਾਬ ਮਿਊਜ਼ੀਅਮ ਤੁਸੀਂ ਨਾਮ ਰੱਖਿਆ, ਇਹ ਮਨ ਦੇ ਵਿੱਚ ਕਿਵੇਂ ਆਇਆ? ਮਿਊਜ਼ੀਅਮ ਤਾਂ ਚਲੋ ਬਣਾਇਆ ਆਪਾਂ ਜੀ, ਅਤੇ ਫਿਰ ਪੰਜਾਬ ਦੇ ਵਿੱਚ ਹੈਗਾ ਪੰਜਾਬ, ਅਤੇ ਪੰਜਾਬ ਦੇ ਨਾਲ ਸਪੈਸ਼ਲ ਹੈ ਤਾਂ ਫਿਰ ਤੁਹਾਨੂੰ ਪਤਾ ਸਪੈਸ਼ਲ ਨਾਮ ਤਾਂ ਦੀ ਲੱਗਦਾ ਹੀ ਹੈ, ਫਿਰ ਇਸ ਕਰਕੇ ਇਹ ਦਾ ਦੇ ਨਾਲ ਲਾ ਕੇ ਪੰਜਾਬ ਮਿਊਜ਼ੀਅਮ ਬਣਾ ਦਿੱਤਾ ਜੀ। ਕਰਮਵੀਰ ਦੀ ਜੇ ਮੈਂ ਗੱਲ ਦੱਸਾਂ ਤਾਂ ਇੱਕ ਸੋਸ਼ਲ ਵਰਕਰ ਵੀ ਹੈ ਔਰ ਇਹ ਨਾਲ ਹੀ ਨਾਲ ਟੀਚਰ ਵੀ ਨੇ, ਮਤਲਬ ਅਧਿਆਪਕ ਨੇ, ਔਰ ਅਧਿਆਪਕ ਦੇ ਖੇਤਰ ਦੇ ਵਿੱਚ ਵੀ ਕਾਫੀ ਮੱਲਾਂ ਜਿਹੜੀਆਂ ਨੇ ਉਹ ਮਾਰੀਆਂ ਹੈਗੀਆਂ, ਔਰ ਇਸ ਦੇ ਵਿੱਚ ਜੇ ਗੱਲ ਕਰੀਏ ਜਦੋਂ ਵੀ ਇਹਨਾਂ ਨੂੰ ਕੋਈ ਚੀਜ਼ ਮਿਲਦੀ ਹੈਗੀ ਆ ਉਸ ਨੂੰ ਸੰਭਾਲ ਕੇ ਰੱਖਦੇ ਹੈਗੇ ਆ। 55,000 ਤਾਂ ਜਿਹੜੀ ਕੈਸਟਾਂ ਹੀ ਇਹਨਾਂ ਦੇ ਕੋਲ ਹੈਗੀਆਂ ਉਸ ਤੋਂ ਜ਼ਿਆਦਾ ਹੋ ਸਕਦੀਆਂ ਨੇ, ਔਰ ਕੋਰਸ ਜਿਹੜੇ ਨੇ 10,000 ਤੋਂ ਉੱਤੇ ਨੇ, ਸੰਭਾਲ ਕੇ ਰੱਖਿਆ ਹੋਇਆ।
ਆਪਣਾ ਵਿਰਸਾ ਸੰਭਾਲ ਰਹੇ ਹੈਗੇ ਔਰ ਇਹਨਾਂ ਨੂੰ ਤੁਹਾਨੂੰ ਤਸਵੀਰ ਤੁਹਾਨੂੰ ਦਿਖਾਉਂਦੇ ਹੈਗੇ ਹਾਂ ਬੁੱਕ ਆਫ ਤੁਸੀਂ ਦੇਖ ਸਕਦੇ ਹੋ ਵਰਲਡ ਰਿਕਾਰਡਸ ਦੇ ਵਿੱਚ ਲੰਡਨ ਬੁੱਕ ਆਫ ਵਰਲਡ ਰਿਕਾਰਡਸ ਦੇ ਵਿੱਚ ਇਹਨਾਂ ਦਾ ਨਾਮ ਵੀ ਦਰਜ ਹੈਗਾ ਔਰ ਅਵਾਰਡ ਵੀ ਕਈ ਜਿਹੜੇ ਆ ਉਹ ਇਹਨਾਂ ਨੂੰ ਮਿਲੇ ਹੈਗੇ ਨੇ ਹਾਲਾਂਕਿ ਇਹਨਾਂ ਨੇ ਅੱਗੇ ਵਾਸਤੇ ਵੀ ਜਿਹੜਾ ਉਹ ਅਪਲਾਈ ਕੀਤੇ ਹੋਏ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਰਨਬੀਰ ਸਿੰਘ ਸੋਢੀ ਨੇ ਮੱਲਾਂ ਮਾਰੀਆਂ ਹੈਗੀਆਂ ਔਰ ਇਸ ਇਲਾਕੇ ਦਾ ਨਾਮ ਰੋਸ਼ਨ ਕਰ ਰਿਹਾ ਫਿਰੋਜ਼ਪੁਰ ਤੋਂ ਇਹ ਜਿਹੜਾ ਪਿੰਡ ਹੈ ਲਾਲਚੀਆਂ ਪਿੰਡ ਹੈਗਾ ਔਰ ਲਾਲਚੀਆਂ ਪਿੰਡ ਦੇ ਵਿੱਚ ਕਰਨਬੀਰ ਸਿੰਘ ਸੋਢੀ ਰਹਿੰਦੇ ਹੈਗੇ ਨੇ ਪਿੰਡ ਦੇ ਵਿੱਚ ਵੀ ਕਾਫੀ ਕੁਛ ਇਹਨਾਂ ਨੇ ਕੀਤਾ ਔਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਲੈਕਸ਼ਨ ਦੀ ਜੇ ਗੱਲ ਕਰੀਏ ਤਾਂ ਕਾਫੀ ਕਲੈਕਸ਼ਨ ਜਿਹੜੀ ਇਹਨਾਂ ਨੇ ਸੰਭਾਲ ਕੇ ਰੱਖੀ ਹੋਈ ਹੈ ਤਾਂ ਕਿਸ ਦੀ ਕਹਿੰਦੀ ਜਿਹੜੀ ਹੈ ਕਲੈਕਸ਼ਨ ਜਿਹੜੀ ਇੱਥੇ ਹੈਗੀ ਹੈ ਕਲੈਕਸ਼ਨ ਤਾਂ ਜੀ ਮਤਲਬ ਜੇ ਇਹ ਆਪਾਂ ਕੈਸਟਾਂ ਦੀ ਗੱਲ ਕਰੀਏ ਤਾਂ ਆਈ ਥਿੰਕ ਕੋਈ ਵੀ ਨਹੀਂ ਮਤਲਬ ਸਿੰਗਰ ਹੋਵੇਗਾ ਜਿਹੜੀ ਮੇਰੇ ਕੋਲ ਕਲੈਕਸ਼ਨ ਨਹੀਂ ਹੈਗੀ ਜਿਹੜਾ ਤੁਸੀਂ ਮੂੰਹੋਂ ਬੋਲੋਗੇ ਉਹ ਕਲੈਕਸ਼ਨ ਮੇਰੇ ਕੋਲ ਪਈ ਹੈ ਜਿਹੜਾ ਉਹਦੀ ਕੈਸਟ ਬੋਲੋਗੇ ਮੇਰੇ ਕੋਲ ਉਹ ਕੈਸਟ ਪਈ ਹੈ ਬੜੀ ਰੇਅਰਸ ਮੇਰੇ ਕੋਲ ਕੈਸਟਾਂ ਹੈਗੀਆਂ ਉਸ ਤੋਂ ਇਲਾਵਾ ਜੇ ਰਿਕਾਰਡਸ ਦੀ ਗੱਲ ਕਰੀਏ ਅਤੇ ਹਿੰਦੀ ਅਤੇ ਪੰਜਾਬੀ ਰਿਕਾਰਡਸ ਦਾ ਤਾਂ ਪਤਾ ਹੀ ਨਹੀਂ ਖਜ਼ਾਨਾ ਕਿੰਨਾ ਹੈਗਾ ਤੁਸੀਂ ਕੋਈ ਮਰਜ਼ੀ ਇੱਥੋਂ ਕੱਢ ਲਓ ਦੇਖੋ ਜੀ ਇਹ ਸਾਰੇ ਹੈਗੇ ਦੇਖੋ ਇਹ ਸਾਰੇ ਰਿਕਾਰਡਸ ਹੀ ਨੇ ਅੱਛਾ ਪੁਰਾਣੀਆਂ ਸਾਰੀ ਫਿਲਮਾਂ ਦੇ ਇਹ ਸਾਰੇ ਹਿੰਦੀ ਦੇ ਲਾਈਨ ਨੇ ਇਹ ਸਾਰੇ ਹਿੰਦੀ ਨੇ ਅੱਛਾ ਅਤੇ ਪੰਜਾਬੀ ਉਹ ਉੱਪਰ ਪਏ ਤੁਹਾਨੂੰ ਦਿਖਾਉਣਾ ਜੀ ਪੰਜਾਬੀ ਇਹ ਪੰਜਾਬੀ ਪਏ ਆਹ ਦੇਖੋ ਜੀ ਕੁਲਦੀਪ ਮਾਨਕ ਦਾ ਸੀ ਜਦੋਂ ਆਇਆ ਸੀ ਨਾ ਗਾਣਾ ਜਪ ਕਹਿੰਦੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਇਹ ਉਹ ਰਿਕਾਰਡ ਸੀ ਅਤੇ ਜਿਵੇਂ ਇਹ ਹੋ ਗਿਆ ਜੀ ਆਪਣਾ ਗਿੱਧਿਆਂ ਦੀ ਰਾਣੀਆਂ ਨੇ ਗਿੱਧੇ ਵਿੱਚ ਆਏ ਇਸ ਕੰਗ ਦੇ ਜੀ ਗੁਰਦਾਸ ਮਾਨ ਦੇ ਨਾਲ ਹੋ ਗਏ ਜੀ ਮਤਲਬ ਬੜੇ ਤਰ੍ਹਾਂ ਦੇ ਰਿਕਾਰਡਸ ਹੈਗੇ ਆ ਜੀ ਦਿਲ ਦਾ ਮਾਮਲਾ ਐਵੇਂ ਕਰਕੇ ਬੜੇ ਇਹ ਹੈਗਾ ਤੁਮ ਵੀ ਉੱਤੇ ਪੰਜਾਬ ਇਹ ਹੈਗਾ ਜੀ ਆਪਣਾ ਕੁਲਦੀਪ ਮਾਨਕ ਦਾ ਜੀ ਸਰਵਣ ਜਾਂ ਜੱਟੀ ਸਾਹਿਬ ਆ ਜਿਹੜੇ ਵੀ ਹੈਗੇ ਮਤਲਬ ਕਾਫੀ ਤਰ੍ਹਾਂ ਦੇ ਹਰੇਕ ਸਿੰਗਰ ਦਾ ਹਰੇਕ ਰਿਕਾਰਡਸ ਪਿਆ ਵੱਡੇ ਰਿਕਾਰਡ ਵੀ ਹੈ ਛੋਟੇ ਈ ਪੀ ਹੁੰਦੇ ਆ ਉਹ ਵੀ ਹੈਗੇ ਆ ਨਰਿੰਦਰ ਬੀਬਾ ਦਾ ਸੁਰਿੰਦਰ ਕੌਰ ਦਾ ਪ੍ਰਕਾਸ਼ ਕੌਰ ਦਾ ਜਿਹੜਾ ਤੁਸੀਂ ਬੋਲੋ ਮੇਰੇ ਕੋਲ ਉਹਦਾ ਇੱਕ ਕਾਪੀ ਨਹੀਂ ਮੇਰੇ ਕੋਲ 10-10 ਕਾਪੀਆਂ ਪਈਆਂ ਇੱਕ ਦੀਆਂ ਤਾਂ ਫਿਰ ਜਿਹੜੇ ਮਿਊਜ਼ਿਕ ਦੇ ਤੁਸੀਂ ਤਵੇ ਰੱਖੇ ਹੋਏ ਨੇ ਹਨਾ ਇਹ ਇਹ ਕਿੱਥੋਂ ਲੱਭ ਕੇ ਲਿਆਉਂਦੇ ਤਾਂ ਬੜੇ ਅਲੱਗ ਅਲੱਗ ਤਰੀਕੇ ਦੇ ਹੈਗੇ ਆ ਬੜੇ ਵੱਖਰੇ ਵੱਖਰੇ ਤਰੀਕੇ ਦੇ ਹੈਗੇ ਅਸੀਂ ਦੇਖ ਰਹੇ ਹੈਗੇ ਹਾਂ ਰੇਡੀਓ ਤੁਸੀਂ ਬੜਾ ਰੱਖੇ ਹੋਏ ਆ ਇਹ ਨਾ ਜੀ ਮਤਲਬ ਆਪਣੇ ਜਿਵੇਂ ਬਾਰਡਰ ਪੱਟੀ ਹੋ ਗਈ ਇੱਥੇ ਪਿੰਡਾਂ ਦੇ ਵਿੱਚ ਲੋਕ ਜਿਵੇਂ ਤੁਸੀਂ ਇੱਧਰ ਦੇਖ ਸਕਦੇ ਨਾ ਪਿੰਡਾਂ ਦੇ ਵਿੱਚ ਲੋਕ ਮਤਲਬ ਮਸ਼ੀਨਾਂ ਚਲਾਉਂਦੇ ਹੁੰਦੇ ਸੀ ਮੇਲਿਆਂ 'ਚ ਜਾ ਕੇ ਉਹ ਅੱਜ ਕੱਲ੍ਹ ਹੁਣ ਛੱਡ ਰਹੇ ਨੇ ਉਹ ਮਤਲਬ ਮੈਨੂੰ ਲੋਕ ਕਹਿ ਦਿੰਦੇ ਕਿ ਮਤਲਬ ਉਹਨੇ ਵੇਚਣੀ ਹੈ ਅਸੀਂ ਸਵੇਰੇ ਅਸੀਂ ਚਲੇ ਜਾਣਾ ਕਰਨਾ ਜਦੋਂ ਛੁੱਟੀ ਹੋਣੀ ਕਰਨੀ ਸਵੇਰੇ 8 ਵਜੇ ਅਸੀਂ ਘਰੋਂ ਚਲੇ ਜਾਣਾ ਪਤਾ ਨਹੀਂ ਕਿਹੜੇ ਪਾਸੇ ਜਾ ਰਹੇ ਹਾਂ ਸਾਨੂੰ ਵੀ ਨਹੀਂ ਪਤਾ ਹੁੰਦਾ ਸੀ ਅਸੀਂ ਇੱਕ ਪਿੰਡ ਚਲੇ ਜਾਣਾ ਹੈ ਉੱਥੇ ਕਹਿ ਦੇਣਾ ਜੀ ਕੋਈ ਸਪੀਕਰਾਂ ਵਾਲਾ ਹੈਗਾ ਜਨਾ ਹੋਣਾ ਉਹਨੂੰ ਕਹਿਣਾ ਕਿਹੜੇ ਪਿੰਡ ਹੈਗਾ ਉਹ ਕਹਿੰਦਾ ਜੀ ਫਲਾਣੇ ਪਿੰਡ ਹੈਗੇ ਅਸੀਂ ਉੱਥੇ ਪਹੁੰਚ ਜਾਣਾ ਮਤਲਬ ਅਸੀਂ ਇਹੋ ਜਿਹੀ ਜਗ੍ਹਾ ਹੁੰਦੀ ਸੀ ਕਿ ਇੱਥੋਂ ਕਿਸੇ ਪਿੰਡ ਦੇ ਵਿੱਚ ਚਲੇ ਜਾਣਾ ਕਰਨਾ ਜਦੋਂ ਹਾਈਵੇ ਦੇ ਉੱਪਰ ਪਹੁੰਚਦੇ ਸੀ ਅਬੋਹਰ ਪਹੁੰਚ ਜਾਂਦੇ ਉੱਥੇ ਜਾ ਕੇ ਪਤਾ ਲੱਗਦਾ ਸੀ ਅਸੀਂ ਅਬੋਹਰ ਕੋਲ ਆ ਗਏ ਹਾਂ ਅਸੀਂ 100-100 ਕਿਲੋਮੀਟਰ ਪਿੰਡਾਂ ਦੇ ਵਿੱਚ ਚਲੇ ਜਾਣਾ ਜਿੱਥੋਂ ਵੀ ਸਮਾਨ ਮਿਲਣਾ ਉੱਥੋਂ ਲੈ ਲੈਣਾ ਜਿੱਥੋਂ ਵੀ ਸਮਾਨ ਮਿਲਣਾ ਉੱਥੋਂ ਲੈ ਲੈਣਾ ਜਿੰਨੇ ਵੇਚਣਾ ਉਹਨਾਂ ਦਾ ਸਮਾਨ ਟਰੰਕਾਂ ਸਮੇਤ ਅੱਗੇ ਟਰੰਕ ਨਾਲ ਹੁੰਦੇ ਸੀ ਉਹ ਪਏ ਟਰੰਕਾਂ ਸਮੇਤ ਸਾਨੂੰ ਸਮਾਨ ਮਿਲ ਗਿਆ ਐਵੇਂ ਕਰਕੇ ਇਨਕਰੀਜ ਕੀਤਾ ਜੀ ਸਾਰਾ ਸਮਾਨ ਇਕੱਠਾ ਕੀਤਾ ਤੁਸੀਂ ਤਾਂ ਹੋਰ ਵੀ ਬੜਾ ਸਮਾਨ ਅਸੀਂ ਦੇਖ ਰਹੇ ਹੈਗੇ ਸੀਗੇ ਇਕੱਠਾ ਕੀਤਾ ਹੋਇਆ ਸਿੱਕਿਆਂ ਦੀ ਗੱਲ ਕਰ ਲਈਏ ਜਾਂ ਹੋਰ ਸਮਾਨ ਦੀ ਗੱਲ ਕਰ ਲਈਏ ਕੈਮਰਿਆਂ ਦੀ ਗੱਲ ਕਰ ਲਈਏ ਜਿੰਨਾ ਵੀ ਪੁਰਾਣਾ ਸਮਾਨ ਤੁਹਾਨੂੰ ਕੋਈ ਮਿਲਦਾ ਟੀ ਵੀ ਪੁਰਾਣੇ ਗੱਲ ਕਰ ਲਈਏ ਤਾਂ ਉਹ ਵੀ ਤੁਸੀਂ ਰੱਖਿਆ ਹੋਇਆ ਬਿਲਕੁਲ ਜੀ ਮਤਲਬ ਟੀ ਵੀ ਵਗੈਰਾ ਮੇਰੇ ਕੋਲ ਪਹਿਲਾਂ ਵਾਲੇ ਹੈਗੇ ਆ ਕਈ ਤਾਂ ਨਾ ਮਤਲਬ ਲੋਕ ਜਿਨ੍ਹਾਂ ਕੋਲ ਸਮਾਨ ਐਕਸਟਰਾ ਪਿਆ ਹੁੰਦਾ ਸੀ ਬਟ ਉਹਨਾਂ ਦੇ ਕੰਮ ਦਾ ਨਹੀਂ ਹੁੰਦਾ ਸੀ ਕਈ ਤਾਂ ਮੈਨੂੰ ਗਿਫਟ ਕਰ ਦਿੰਦੇ ਸੀ ਕਿ ਜਦੋਂ ਕਿ ਤੇਰਾ ਇੰਟਰਸਟ ਇਸ ਵੱਲ ਹੈਗਾ ਤਾਂ ਮਤਲਬ ਕਿਸੇ ਕੋਲ ਟੇਪ ਰਿਕਾਰਡਰ ਪਿਆ ਹੋਣਾ ਪੁਰਾਣਾ ਰੇਡੀਓ ਪਿਆ ਹੋਣਾ ਉਹਨਾਂ ਦਾਦਾ ਜੀ ਦਾ ਉਹ ਕਹਿੰਦੇ ਸਾਡਾ ਪੁਰਾਣਾ ਰੇਡੀਓ ਪਿਆ ਦਾਦਾ ਜੀ ਦਾ ਇਹ ਲੈ ਜਾਓ ਲੋਕਾਂ ਨੇ ਬਹੁਤ ਗਿਫਟ ਕੀਤਾ ਜੀ ਇਸ ਚੀਜ਼ਾਂ ਵਿੱਚ
ਤਾਂ ਬਿਲਕੁਲ ਕਰਮਵੀਰ ਸਿੰਘ, ਇਹ ਵੀ ਦਿਖਾਵਾਂਗੇ ਕਿ ਇਹਨਾਂ ਨੇ, ਤੁਸੀਂ ਦੇਖੋਗੇ ਜਿਹੜੀ ਵੀ ਅਲਮਾਰੀ ਅਸੀਂ ਖੋਲ੍ਹਾਂਗੇ ਤਾਂ ਉੱਥੇ ਕੈਸਟਾਂ ਹੀ ਕੈਸਟਾਂ ਜਿਹੜੀਆਂ ਨੇ ਉਹ ਨਜ਼ਰ ਆਉਣਗੀਆਂ। ਤਾਂ ਇੱਥੋਂ ਪਤਾ ਲੱਗਦਾ ਕਿ ਇਹਨਾਂ ਨੇ ਜਿਹੜਾ ਸੰਭਾਲ ਕੇ ਉਹ ਰੱਖਿਆ ਹੋਇਆ। ਤਾਂ ਹੁਣ ਘਰ ਦੇ ਕੀ ਕਹਿੰਦੇ ਹੈਗੇ ਆ? ਔਰ ਤਾਂ ਉਹ ਕਹਿੰਦੇ ਸੀਗੇ ਕਿਤੇ ਹਾਂ ਸਮਾਨ, ਤਾਂ ਹੁਣ ਘਰ ਦੇ ਹੀ ਕਹਿੰਦੇ? ਨਹੀਂ, ਹੁਣ ਤਾਂ ਜਦੋਂ ਰਿਕਾਰਡਸ ਵਗੈਰਾ ਬਣ ਕੇ ਘਰਦਿਆਂ ਨੇ ਬੜੀ ਖੁਸ਼ੀ ਗਏ ਕਿ ਚਲੋ ਕਿਸੇ ਲੇਖੇ ਤਾਂ ਲੱਗੇ, ਅਤੇ ਆਪ ਨੂੰ ਤਾਂ ਖੁਸ਼ੀ ਹੁੰਦੀ ਸੀ ਕਿ ਜੀ ਮੇਰਾ ਸ਼ੌਂਕ ਪੂਰਾ ਹੋ ਰਿਹਾ। ਅਤੇ ਹੁਣ ਤਾਂ ਘਰਦੇ ਵੀ ਪੂਰਾ ਮਾਣ ਕਰਦੇ ਨੇ ਕਿ ਚਲੋ ਵਧੀਆ, ਮਤਲਬ ਬਹੁਤ ਵਧੀਆ ਕੰਮ ਕਰ ਰਿਹਾ ਜਾਂ ਸੰਭਾਲ ਰਿਹਾ, ਕਿ ਨਾਮ ਤਾਂ ਹੈਗਾ ਨਾ, ਲੋਕਾਂ ਨੂੰ ਪਤਾ ਤਾਂ ਹੈਗਾ ਨਾ ਜੀ। ਨਹੀਂ, ਬਹੁਤ ਵਧੀਆ ਜੀ, ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਵੀ ਇਸ ਦੇ ਬਾਰੇ ਪਤਾ ਲੱਗੇਗਾ ਕਿ ਆਹ ਚੀਜ਼ਾਂ ਹੁੰਦੀਆਂ ਸੀਗੀਆਂ, ਸੰਭਾਲ ਕੇ ਤੁਸੀਂ ਹੋਰ ਵੀ ਬੜਾ ਕੁਛ ਰੱਖਿਆ। ਹਾਂਜੀ, ਇਹ ਨਾ ਐਕਚੁਲੀ ਮਤਲਬ ਮੈਂ ਹੁਣ ਇਹਨੂੰ ਅਪਗ੍ਰੇਡ ਕਰਨ ਦੀ ਸੋਚ ਰਿਹਾ, ਕਿਉਂਕਿ ਮਿਊਜ਼ਿਕ ਲਾਇਬ੍ਰੇਰੀ ਮੈਂ ਵੱਖਰੀ ਕਰ ਦੇਣੀ ਹੈ, ਜੋ ਵੀ ਆਪਣਾ ਸੱਭਿਆਚਾਰਕ ਹੋ ਗਿਆ ਉਹ ਚੀਜ਼ ਅਲੱਗ ਕਰ ਦੇਣੀ, ਹਰੇਕ ਚੀਜ਼ ਦਾ ਮਤਲਬ ਵੱਖਰਾ ਵੱਖਰਾ ਮੈਂ ਕੈਬਨ ਦੇ ਤੌਰ 'ਤੇ ਬਣਾ ਰਿਹਾ, ਤਾਂ ਕਿ ਜਿਹੜੇ ਵੀ ਆਉਣ ਆਪਾਂ ਨੂੰ ਦੇਖਣ, ਜਾਂ ਮਿਊਜ਼ਿਕ ਵਾਲੇ ਪਾਸੇ ਚੱਲੇ ਨੇ ਮਿਊਜ਼ਿਕ ਹੀ ਸਾਰਾ ਹੋਵੇ, ਜਾਂ ਕਰੰਸੀ ਵਾਲੇ ਪਾਸੇ ਜਾਣ, ਪੁਰਾਣੇ ਸਿੱਕਿਆਂ ਤੋਂ ਸਾਰਾ ਕਮਰਾ ਕਰੰਸੀ ਨਾਲ ਹੀ ਭਰਿਆ ਹੋਵੇ, ਅਤੇ ਜੇ ਕੋਈ ਆਪਣਾ ਪੁਰਾਣੇ ਸੱਭਿਆਚਾਰਕ ਦੇਖਣਾ ਚਾਹੁੰਦਾ, ਜਿਵੇਂ ਪਿੱਤਲ ਦੇ ਭਾਂਡੇ ਹੋ ਗਏ, ਹੋਰ ਬੜੀ ਚੀਜ਼ਾਂ ਮਤਲਬ ਹੈਗਾ ਸਮਾਨ, ਉਹਨਾਂ ਵਿੱਚ ਸਿਰਫ ਉਹੀ ਉਹਨਾਂ ਦੇ ਸਨ, ਉਹ ਸਾਰਾ ਅਲੱਗ ਅਲੱਗ ਕਰ ਰਹੇ ਹਾਂ ਜੀ ਸਰ। ਤਾਂ ਬਿਲਕੁਲ ਸੰਗੀਤ ਦਾ ਭੰਡਾਰ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਫਿਰੋਜ਼ਪੁਰ ਦੇ ਪਿੰਡ ਲਾਲਚੀਆਂ ਦੇ ਵਿੱਚ ਕਰਨਵੀਰ ਸਿੰਘ ਸੋਢੀ ਨੇ ਸੰਭਾਲ ਕੇ ਰੱਖਿਆ ਹੋਇਆ, ਕਿ ਕਿਸੇ ਦੇ ਵੀ ਸੰਗੀਤ ਸੁਣਨਾ ਹੁੰਦਾ ਪਿੰਡ ਦੇ, ਉਹ ਇੱਥੇ ਆ ਜਾਂਦੇ ਆ ਔਰ ਕੈਸਟ ਲਾ ਕੇ ਉਹ ਇੱਥੇ ਸੁਣਦੇ ਹੈਗੇ ਨੇ। ਤਾਂ ਪਿੰਡ ਦੇ ਵਿੱਚ ਇਹ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇਹ ਸੰਭਾਲ ਜਿਹੜੀ ਹੈ ਉਹ ਰੱਖੀ ਹੈਗੀ ਹੈ, ਕਿਤੇ ਵੀ ਕੋਈ ਚੀਜ਼ ਜਿਹੜੀ ਮਿਲਦੀ ਹੈਗੀ ਹੈ ਤਾਂ ਉੱਥੋਂ ਜਾ ਕੇ ਇਹ ਲੈ ਆਉਂਦੇ ਹੈਗੇ ਆ। ਤੁਸੀਂ ਦੇਖ ਸਕਦੇ ਹੈਗੇ ਹੋ ਵੱਖ ਵੱਖ ਤਰ੍ਹਾਂ ਦੇ ਰੇਡੀਓ ਜਿਹੜੇ ਨੇ ਉਹ ਇੱਥੇ ਤੁਹਾਨੂੰ ਨਜ਼ਰ ਆਉਣਗੇ, ਤਾਂ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਇੰਸਟਰੂਮੈਂਟ ਹੈਗੇ ਨੇ ਉਹ ਨਜ਼ਰ ਆਉਣਗੇ। ਪਹਿਲਾਂ ਜਿੱਦਾਂ TV ਹੈਗੇ ਸੀ ਉਹ ਨਜ਼ਰ ਆ ਰਹੇ ਹੈਗੇ ਆ, ਹਾਲਾਂਕਿ ਟੇਪ ਰਿਕਾਰਡਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵੱਖਰੇ ਵੱਖਰੇ ਸਮੇਂ ਦੇ ਵਿੱਚ ਵੱਖਰੇ ਵੱਖਰਾ ਜਦੋਂ ਟਾਈਮ ਆਇਆ ਹੈਗਾ ਉਦੋਂ ਬਦਲਦੇ ਗਏ ਹੈਗੇ ਨੇ। ਤਾਂ ਹੁਣ ਜਿੱਥੇ ਸੋਸ਼ਲ ਮੀਡੀਆ ਦੇ ਉੱਪਰ ਗਾਣੇ ਜਿਹੜੇ ਨੇ ਉਹ ਵੱਜ ਰਹੇ ਨੇ, ਪਹਿਲਾਂ ਇਹਨਾਂ ਦੇ ਉੱਪਰ ਗਾਣੇ ਵੱਜਦੇ ਹੁੰਦੇ ਸੀ, ਪਹਿਲਾਂ ਇਹਨਾਂ 'ਤੇ ਗਾਣੇ ਜਿਹੜਾ ਲੋਕ ਸੁਣਦੇ ਹੁੰਦੇ ਸੀ, ਮਤਲਬ ਸਾਰੇ ਇਕੱਠੇ ਬਹਿ ਕੇ ਸੁਣਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ। ਹਾਂਜੀ, ਮਤਲਬ ਅੱਗੇ ਤੁਹਾਨੂੰ ਪਤਾ ਜੀ ਗਾਣੇ ਇੰਨਾ ਸੋਸ਼ਲ ਮੀਡੀਆ ਵੀ ਨਹੀਂ ਹੈਗਾ ਸੀ, ਕੋਈ ਇੰਟਰਨੈਟ ਨਹੀਂ ਹੈਗਾ ਸੀ, ਕੋਈ ਕੁਛ ਨਹੀਂ ਹੈਗਾ ਸੀ, ਕਿਉਂਕਿ ਇਹ ਸੀ ਰਿਕਾਰਡਸ ਹੀ ਹੁੰਦੇ ਸੀ ਪੁਰਾਣੇ ਜ਼ਮਾਨੇ 'ਚ, ਉਦੋਂ ਤਾਂ ਕੈਸਟ ਪਲੇਅਰ ਵੀ ਨਹੀਂ ਆਏ, ਨਾ CDs ਆਈ, ਵੀ ਬੜੇ ਬਾਹਰ ਦੇ ਜ਼ਮਾਨੇ, ਕਿਉਂਕਿ ਇਹ ਜਿਹੜੇ ਰਿਕਾਰਡਸ ਉੱਪਰ ਚੱਲਦੇ ਸੀ ਨਾ ਜੀ, ਇਹ ਵਿਦਾਊਟ ਇਲੈਕਟ੍ਰਿਸਿਟੀ ਹੁੰਦੇ, ਮਤਲਬ ਇਹਨਾਂ ਨੂੰ ਆਪਾਂ ਸਿਰਫ ਚਾਬੀ ਦਿੱਤੀ ਐਂਡ ਜਿਹੜਾ ਇਹ ਨਿਡਲ ਹੈ ਨਾ, ਇਹਨੇ ਸਾਊਂਡ ਪ੍ਰੋਡਿਊਸ ਕਰਕੇ ਵਿੱਚੋਂ ਇਹਦੇ ਗਾਣਾ ਸੁਣਾਉਣਾ, ਅਤੇ ਸਾਰਾ ਪਰਿਵਾਰ ਬੈਠ ਕੇ ਸੁਣਦਾ ਹੁੰਦਾ ਸੀ, ਅਤੇ ਬੜੀ ਵਧੀਆ। ਸਮਾਂ ਤਾਂ ਜੀ ਅੱਜ ਜਿਵੇਂ ਕਹਿੰਦਾ ਕੱਲ ਜੂ ਗਈ ਹੈ, ਸਮਾਂ ਤਾਂ ਬਹੁਤ ਚੇਂਜ ਹੋਇਆ ਜੀ, ਅੱਜ ਕੱਲ੍ਹ ਤਾਂ ਬੱਚੇ ਮੋਬਾਈਲਾਂ ਉੱਤੇ ਯੂਟਿਊਬ ਜੋ ਤੁਹਾਨੂੰ ਚੀਜ਼ ਮਿਲੇਗੀ ਯੂਟਿਊਬ 'ਤੇ, ਬਟ ਇਹਨਾਂ ਦਾ ਅਲੱਗ ਸਵਾਦ ਸੀ। ਤਾਂ ਬਿਲਕੁਲ ਸਮਾਂ ਬਦਲਦਾ ਗਿਆ, ਤਾਂ ਸਮੇਂ ਦੇ ਨਾਲ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਵੀ ਬਦਲਦੀਆਂ ਗਈਆਂ, ਪਰ ਕਰਨਵੀਰ ਸਿੰਘ ਸੋਢੀ ਨੇ ਇਹ ਚੀਜ਼ਾਂ ਸੰਭਾਲ ਕੇ ਰੱਖੀਆਂ, ਜਿੱਥੋਂ ਵੀ ਕੋਈ ਚੀਜ਼ ਮਿਲੀ ਉੱਥੋਂ ਖਰੀਦ ਕੇ ਲੈ ਆਉਂਦੀ, ਜਾਂ ਕੋਈ ਦੇ ਗਿਆ ਤਾਂ ਆਪਦੇ ਕੋਲ ਸੰਭਾਲ ਕੇ ਰੱਖੀ। ਤਾਂ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਹੋਰ ਅੱਗੇ ਤੱਕ ਲੈ ਕੇ ਜਾਣਾ ਹੈਗਾ, ਇਸ ਨੂੰ ਮਿਊਜ਼ੀਅਮ ਜਿਹੜਾ ਵੱਡੇ ਲੈਵਲ 'ਤੇ ਜਿਹੜਾ ਬਣਾਉਣ ਦੀ ਸੋਚ ਰਹੇ ਹੈਗੇ ਆ, ਤਾਂ ਕਿ ਜਦੋਂ ਵੀ ਕੋਈ ਆਵੇ ਉਹ ਦੇਖੇ ਔਰ ਉਹਨੂੰ ਆਪਣੀ ਪੁਰਾਣੀ ਵਿਰਾਸਤ ਦੇ ਬਾਰੇ ਜਾਂ ਮਿਊਜ਼ਿਕ ਦੇ ਬਾਰੇ ਉਸ ਨੂੰ ਪਤਾ ਲੱਗੇ, ਇੰਸਟਰੂਮੈਂਟਸ ਕਿਹੜੇ ਕਿਹੜੇ ਹੈਗੇ ਸੀਗੇ ਉਸ ਦੇ ਬਾਰੇ ਪਤਾ ਲੱਗੇ, ਤਾਂ ਉਸ ਦੇ ਲਈ ਇਹ ਕੰਮ ਕਰ ਰਹੇ ਹੈਗੇ ਨੇ। ਕੈਮਰਾ ਪਰਸਨ ਰੋਹਿਤ ਦੇ ਨਾਲ ਸਨੀ ਚੋਪੜਾ, ਜਗਬਾਣੀ TV, ਫਿਰੋਜ਼ਪੁਰ।